ਐਡਾ ਕੋਰ ਦੰਨੇ ਦਾ ਮੁੰਡਾ ਪਾਨਾ ਸਿੱਧੂ, ਐਡੇ ਕੰਮ ਉਹ ਕਰਾ ਰਹੇ ਲੋਕਾਂ ਦੇ ਪੈਸੇ ਵਾਪਸ ਕਰ ਰਹੇ, ਤੁਸੀਂ ਫਸਾਈ ਜਾਂਦੇ ਹੋ ਇਹ ਏਜੰਟਾਂ ਲਵੇ ਪੈਸੇ। ਵੀ ਇੱਕ ਮਾਨਸੇ ਦਾ ਝੂਟਾ ਯਾਰ ਵੀਰਾ, ਲਫੇੜੇ ਬਹੁਤ ਲਾਉਂਦਾ, ਲਫੇੜਾ ਵੀ ਉਹਦਾ ਐਂ ਪੈਂਦਾ, ਕਹਿੰਦੇ ਵੀ ਜਿਵੇਂ ਮੀਂਹ 'ਚ ਗੜੇ ਡਿੱਗਦੇ ਹੁੰਦੇ ਨੇ ਯਾਰ। ਇੱਕ ਗੱਲ ਸਹੀ ਵੀ ਹੈ ਯਾਰ, ਹੈ ਨਾ, ਵੀ ਲੋਕਾਂ ਨੂੰ ਹੈ ਨਾ ਸਿੱਧੇ ਰਸਤੇ ਲਾਉਂਦਾ ਯਾਰ, ਸਾਥ ਦੇਣਾ ਚਾਹੀਦਾ ਯਾਰ ਵੀਰੇ ਦਾ ਯਾਰ। ਚੱਲ ਵਧੀਆ ਗੱਲ ਹੈ ਯਾਰ, ਹੈ ਨਾ, ਸਿੱਧੇ ਰਸਤੇ ਲਾਉਂਦਾ ਯਾਰ। ਮੈਨੂੰ ਕੀ ਪਤਾ ਕੀ ਗੱਲ ਹੋ ਗਈ, ਜਿੱਧਰ ਭੇਜਦੇ ਆ ਉਧਰ ਆ ਕੁਛ ਕਰਕੇ ਆਉਂਦਾ, ਜਿੱਧਰ ਭੇਜਦੇ ਉੱਥੇ ਕੰਮ ਤੇ ਨੀ ਜਾਂਦਾ ਹੈਗਾ, ਵਾਸਤਾ ਨੀ, ਹਰੇਕ ਦੀਆਂ ਬੇਇੱਜ਼ਤੀਆਂ ਕਰਾਉਂਦਾ ਏ। ਦੱਸ ਇਕੱਲੇ ਨੂੰ ਕੰਮ ਕਰਨਾ ਪੈ ਗਿਆ, ਹੁਣ ਕੀ ਕਰੀਏ, ਬੰਦਾ ਹੀ ਭੱਜ ਗਿਆ ਬਈ ਯਾਰ, ਹੋਰ ਦੇਖਣਾ ਪਊ ਹੁਣ ਬੰਦਾ ਕੋਈ। ਮੈਨੂੰ ਲੱਗਦਾ ਹੁਣ ਭੈਣ ਦਾ ਜੇ ਨਾ ਚੱਕੀ ਦੇ ਕੰਮ ਮਿਲਿਆ, ਮੈਨੂੰ ਲੱਗਦਾ ਹੁਣ ਤਾਂ ਬਾਈ ਸੀਰੀ ਲੈ ਲਾਂਗੇ, ਦੇਖਦੇ ਕੀ ਬਣਦਾ ਕੀ ਬਣਦਾ। ਅਰੇ ਆਟਾ ਲੈ ਜਾ, ਇਹਨਾਂ ਦੇ ਕੰਮ ਬਾਰੇ ਪੁੱਛ ਲਾਂਗੇ ਕੀ ਭਾਈ ਲੱਖੇਗਾ ਤੇ ਨਾ। ਭੱਜ ਗਿਆ ਪਹਿਲਾਂ ਯਾਰ, ਬਾਅਦ ਚ ਔਖਾ ਹੋ ਗਈ ਜਾਵੇ। ਹਰਨੇਕ ਦੀ ਜਮਾਨ ਆ ਜੀ, ਹਰਨੇਕ ਤੁਸੀਂ ਕੰਮ ਲਾਓ ਕੇਰਾ ਜੀ। ਦੱਸ ਚੱਲ ਠੀਕ ਆ, ਫਿਰ ਕੋਈ ਨੀ, ਦੇਖ ਲੈਣੇ ਤੈਨੂੰ ਹੁਣੇ ਲੱਗ ਜਾਣਾ ਜੀ, ਹੁਣ ਲੱਗ ਜਾ ਫਿਰ। ਚਲੋ ਜੀ ਦੱਸੋ ਕੰਮ ਆ ਜੀ। ਆਪਣੇ ਆਪਣੀ ਚੌਲਾਂ ਦੀ ਮਸ਼ੀਨ ਹੈ, ਆਹ ਚੌਲਾਂ ਦੀ ਮਸ਼ੀਨ ਹੈ, ਹਾਂ ਇਹ ਆਪਣੀ ਚੱਕੀ ਆਟੇ ਵਾਲੀ, ਠੀਕ ਹੈ ਜੀ, ਆਟਾ ਕੱਢਣ ਵਾਲੀ, ਠੀਕ ਹੈ ਜੀ, ਠੀਕ ਹੈ। ਇਹਨਾਂ ਨੂੰ ਬਸ ਬੋਰੀ ਜ਼ਮੀਨ ਵਿੱਚ ਸਿੱਟਣਾ ਹੈ, ਨਹੀਂ ਨਹੀਂ ਬੋਰੀ ਜ਼ਮੀਨ ਤੇ ਸਿੱਟਣਾ, ਹਾਂਜੀ, ਖੋਲ ਕੇ ਇਹਨਾਂ ਨੂੰ ਵਿੱਚੋਂ ਕਣਕ ਪਾਉਣੀ ਇਹਦੇ, ਠੀਕ ਹੈ, ਖੋਲ ਕੇ ਪਾਉਣੀ, ਹਾਂ ਹਾਂ ਠੀਕ ਹੈ। ਫਿਰ ਰੱਸੀਆਂ ਸਾਂਭ ਲਾ ਜੀ, ਹਾਂ ਰੱਸੀਆਂ ਸਾਂਭ ਕੇ ਰੱਖੀ, ਠੀਕ ਹੈ ਜੀ। ਤੇਰੇ ਬੰਨਣੇ ਬੰਨ ਕੇ ਵੀ ਤੋਰਨਾ ਉਹਨਾਂ ਨੂੰ, ਸਾਡਾ ਨਗ ਵੀ ਕੱਢਤਾ ਸੀਗਾ ਜੀ, ਨਗ ਤਾਂ ਕੱਢਤਾ ਸੀਗਾ ਤੂੰ, ਹੁਣ ਨਗ ਤਾਂ ਕੱਢਣ ਵਾਲੇ ਯਾਰ ਤੇਰੇ, ਹਜੇ ਸਾਰੇ ਰਹਿੰਦੇ ਨੇ, ਬੰਦਾ ਹੀ ਨੀ ਹੈਗਾ ਸੀ ਯਾਰ। ਇੱਕ ਮੈਨੂੰ ਪਤਾ ਕੀ, ਮੈਨੂੰ ਚਾਹ ਤੜਕੇ ਦੇ ਨੀ ਪੀਤੀ ਦੀ, ਕੁੱਟ ਚਾਹ ਦੀ ਪਿਆ ਲਿਆ, ਕੋਈ ਨੀ ਕੋਈ ਨੀ, ਚਾਹ ਦੀ ਕੋਈ ਗੱਲ, ਕੰਮ ਐਨ ਪੂਰਾ ਵਧੀਆ ਕਰਨਾ ਚਾਹੀਦਾ। ਆਹ ਬੋਰੀ ਉੱਤੇ ਚਿੱਟਣੀ, ਇੱਕ ਚੌਲਾ ਨੀ ਜੀ, ਇਹ ਬੋਰੀ ਹਾਂ ਉੱਪਰ ਰੱਖਣੀ ਹੈ, ਠੀਕ ਹੈ, ਮੈਂ ਛੱਡ ਦਿੰਦਾ ਜੀ, ਠੀਕ ਚਾਹ, ਠੀਕ ਆ, ਮੈਂ ਚਾਹ ਤੂੰ ਬਣਾਉਣਾ ਫਿਰ, ਠੀਕ ਹੈ ਜੀ, ਠੀਕ ਲੈ, ਹੁਣ ਦੇਖਦੇ ਵੀ ਪੂਰੀ ਪਾ ਲਾਂਗੇ, ਕਣਾ ਲੈ ਚਾਹ ਪੀ ਲਾ। ਬੋਰੀ ਜੀ ਸੋਨੇ ਬੰਦਾ ਰੱਖਿਆ, ਤੁਸੀਂ ਮੈਨੂੰ ਇਕੱਲੇ ਕੱਲਾ ਹੀ ਕੰਮ ਕਰਦਾ ਇੱਥੇ,
ਕੱਲਾ ਹੀ ਕੱਲਾ ਯਾਰ ਮੈਨੂੰ ਕਿਹੜੇ ਬੋਲਣਾ ਚਾਹ ਜਾ ਜਾ ਪਰ ਜਿੱਥੇ ਕਿਹੜੇ ਕੰਮ ਕਰੇ ਹਾਂ ਤੂੰ ਇੱਥੋਂ ਨਹੀਂ ਹੁੰਦਾ ਕੰਮ ਬਈ ਇਹ ਕੰਮ ਨਹੀਂ ਨਹੀਂ ਕਦਾ ਫੋੜੇ ਕਿ ਹੋਰ ਕੀ ਕਰੇ ਹੁੰਦਾ ਤੁਹਾਡਾ ਬਾਬਾ ਜੀ ਰਿਸ਼ਤਾ ਹੈ ਹੁੰਦਾ ਕੱਲੇ ਨੂੰ ਕੰਮ ਕਰਾਉਂਦਾ ਕੱਲੇ ਬੰਦਾ ਇੱਥੇ ਕੰਮ ਕਰਦਾ ਕੱਲਾ ਨਹੀਂ ਕੰਮ ਕਰਦਾ ਨਹੀਂ ਕਰਦੇ ਨਹੀਂ ਨਹੀਂ ਜਾ 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 ਇੱਥੋਂ ਇਹ ਜੀ ਕੰਮ ਨਹੀਂ ਮੈਂ ਤੂੰ ਹੀ ਨਹੀਂ ਮਾਰਦਾ ਮੇਰਾ ਨਾਗ ਤੇ ਕਹੋ ਨਾਮ ਛੋਟੇ ਆਵਾਂ ਮੈਂ ਜਾਵਾਂ ਨਾਗ ਤੇਰਾ ਇੱਥੇ ਹੀ ਪਿਆ ਲੈ ਚੱਕ ਆ ਵਾ ਕੱਢੇ ਵੀ ਨਹੀਂ ਅਸੀਂ ਨਹੀਂ ਕਰਦੇ ਇਹ ਬੰਦਾ ਤਾਂ ਹੈ ਨਹੀਂ ਕੋਈ ਕਰਨ ਵਾਲਾ ਜਾਂਦੇ ਆ ਹਰਨੇਕ ਸਿੰਘ ਕੰਮ ਇਥੋਂ ਵੀ ਜਵਾਬ ਮਿਲ ਗਿਆ ਬੇਬੇ ਨੇ ਨਾ ਘਰੇ ਨੀ ਵੜਨੇ ਨੇ ਮੈਨੂੰ ਲਾਇਆ ਚੱਲ ਦੇਖਦੇ ਹਾਂ ਕੋਈ ਪਰੰਪਰਾ ਖੇਡਦੇ ਇਹਦੇ ਨਾਲ ਕੰਮ ਤੇ ਰੱਖ ਲਓ ਜੀ ਬੁੱਚ ਬਚਾ ਕੇ ਜੇ ਵੱਡਾ ਪਹਿਲਵਾਨ ਬਣਿਆ ਫਿਰਦਾ ਜੀ ਕਹਿੰਦਾ ਮੈਂ ਤਾਂ ਸਾਰੇ ਕੰਮ ਕਰ ਲੂੰਗਾ ਕੁਛ ਹੋਇਆ ਹੈ ਨੀਗਾ ਚੱਲ ਹੁਣ ਲਓ ਜੀ ਆਟਾ ਲੈ ਜਾ ਚੱਕ ਕੇ ਨਾ ਜੀ ਆਇਆ ਕਰੋ ਜੀ ਰੱਖ ਲਓ ਜੀ ਕੰਮ ਤੇ ਆਇਆ ਕਾ ਨੂੰ ਕਰਦੇ ਮੈਂ ਬਹੁਤ ਉਹ ਮੈਂ ਤੈਨੂੰ ਗੱਲ ਦੱਸਦਾ ਹਾਂਜੀ ਤੇਥੋਂ ਕੰਮ ਨਹੀਂ ਹੁੰਦਾ ਇਹ ਬਾਈ ਬੋਰੀਆਂ ਭਾਰੀਆਂ ਹੁੰਦੀਆਂ ਨੇ ਇੱਥੇ ਕੰਮ ਨਹੀਂ ਹੋਣਾ ਤੇਥੋਂ ਕੋਈ ਨੀ ਜੀ ਮੈਨੂੰ ਮਾੜੀ ਇੱਕ ਦੋ ਦੋ ਦਿਨ ਔਖਾ ਲੱਗੂਗਾ ਜੀ ਤੈਨੂੰ ਮੈਂ ਗੱਲ ਦੱਸਦਾ ਸਹੀ ਗੱਲ ਸੁਣ ਮੇਰੀ ਤੂੰ ਨਾ ਮਿਸਤਰੀ ਨਾਲ ਵਾਜਿਆ ਕਰ ਮਿਸਤਰੀ ਨਾਲ ਤਾਂ ਫਿਰ ਮੇਰੀ ਹਾਂ ਕਰੀ ਸੀ ਜੀ ਜੀ ਮੈਂ ਤਾਂ ਫਿਰ ਕਿਸੇ ਨੇ ਕਮੈਂਟ ਤੇ ਆ ਜੀ ਵੀ ਦਸਤ ਪਾਈ ਕੀ ਵੀ ਚੱਕੀ ਜਾ ਉਹ ਬਾਈ ਇੱਥੇ ਇੱਥੇ ਨਹੀਂ ਹੋਣਾ ਮੈਂ ਤੈਨੂੰ ਕਹਿ ਰਿਹਾ ਗੱਲ ਇੱਥੇ ਭਾਰ ਦਾ ਕੰਮ ਜ਼ਿਆਦਾ ਹੈਗਾ ਵਜਨ ਦਾ ਕੰਮ ਆ ਤੇਥੋਂ ਨਹੀਂ ਹੁੰਦਾ ਇੰਨਾ ਪਰ ਫਿਰ ਐ ਕਰੀ ਸਾਡੇ ਪੀਣਾ ਦਾ ਕੱਢ ਦਾਂਗੇ ਜੀ ਚਾਹ ਪੀਣਾ ਤੇਰਾ ਕੱਢ ਦਾਂਗੇ ਕੋਈ ਨਹੀਂ ਪਰਸੋਂ ਚੱਲ ਅੱਜ ਤਾਂ ਮੈਂ ਲੈ ਜੂਗਾ ਮੈਂ ਬੰਦਾ ਦੇਖ ਲਾਂਗੇ ਸੂਰ ਕੋਈ ਚੱਲ ਅੱਜ ਤਾਂ ਮੈਂ ਚਾਚੀ ਤੋਂ ਲੈ ਲੂਗਾ ਜੀ ਤੋਂ ਪੀਣਾ ਕੱਢਦੇ ਜੀ ਚੱਲ ਥੋੜੀ ਜਿਹੀ ਕੰਮ ਤੇ ਦੇਖ ਲੋ ਇੱਕ ਵਾਰ ਰੱਖ ਨਹੀਂ ਨਹੀਂ ਸਿੱਧਾ ਹੁੰਦਾ ਨਹੀਂ ਯਾਰ ਕੰਮ ਦੇਖ ਲਿਆ ਸਿਖਾ ਦਿਓ ਜੀ ਐਂ ਕਾਹਨੂੰ ਕਰਦੇ ਨਹੀਂ ਨਹੀਂ ਹੁੰਦਾ ਨਹੀਂ ਤੋਂ ਤਾਂ ਤੁਹਾਡੀ ਮਰਜ਼ੀ ਹੈ ਜੀ ਠੀਕ ਠੀਕ ਹੈ ਜੀ ਕੰਮ ਹੁੰਦਾ ਨੀ ਜੀ ਕੋਈ ਕਹਿੰਦਾ ਮੈਨੂੰ ਰੱਖ ਲਓ ਕੰਮ ਤੇ ਕੋਈ ਨੀ ਯਾਰ ਇਹਨਾਂ ਦਾ ਨਹੀਂ ਰੱਖਿਆ ਦੇਖ ਲੈ ਇਹਨਾਂ ਦੀ ਮਰਜ਼ੀ ਆ ਹੈ ਘਰੇ ਫੇਰ ਜਾਵਾਂਗੇ ਪਹਿਲਾਂ ਮਿਸਤਰੀ ਲਵੇ ਜਾ ਕੇ ਉਹਨਾਂ ਦੇ ਮਿਸਤਰੀ ਨਾਲ ਕਰਦੇ ਹਾਂ ਗੱਲਬਾਤ ਵੀ ਮੈਨੂੰ ਕੰਮ ਕੁੰਮ ਤੇ ਚੱਲ ਮਸਾਲਾ ਲਿਆ ਗਾਉਣ ਵੀ ਆਉਣ ਵਾਲਾ ਕੰਮ ਵਧੀਆ ਚੱਲ ਮਿਸਤਰੀਆਂ ਨਾਲ ਦੇਖਦੇ ਅੱਜ ਜੇ ਪੂਰੀ ਪੈ ਗਈ ਇਹ ਠੀਕ ਆ ਦੇਖਦੇ ਕੀ ਗੱਲ ਬਣਦੀ ਆ ਮੈਨੂੰ ਟਾਈਮ ਵੀ ਬਹੁਤ ਹੋ ਗਿਆ ਗਾਣਾ ਜਾ ਕੇ ਕੀ ਬਣਦਾ ਕੰਮ ਤੇ ਕੋਈ ਨੀ ਆਪਾਂ ਹੁਣ ਲਿਆ ਦਾਂਗੇ ਹਨੇਰੀਆਂ ਤੁਸੀਂ ਦੱਸੋ ਤਾਂ ਅਸੀਂ ਖਾਸ ਬੰਦੇ ਨੀ ਭੇਜਾਂਗੇ ਹਾਂਜੀ ਮੈਨੂੰ ਚੱਕੀ ਵਾਲੇ ਵੀਰ ਸੇਵਕ ਨੇ ਮੈਨੂੰ ਭੇਜਿਆ ਜੀ ਅੱਛਾ ਹਾਂ ਜੀ
ਸੱਟਣਾ ਥੋੜਾ ਜੀ ਇੰਦਾ ਜੀ ਦੇਖਦਾ ਸਹੀ ਕੋਈ ਨਾ ਇੱਟਾਂ ਤੇ ਲਾ ਕਿਹੜਾ ਮਸਾਲਾ ਬਣਾਉ ਜਾ ਰਹੇ ਹਾਂ ਇੱਟਾਂ ਚੱਕ ਲੈਣਾ ਜੀ ਮੈਂ ਇੱਟਾਂ ਦੱਸੋ ਹਾਂ ਚੱਕੋ ਜੀ ਫਿਰ ਇੱਟਾਂ ਚੱਕ ਦੇ ਇਹ ਰੱਖਣੀਆਂ ਕਿੱਥੇ ਨੇ ਜੀ ਇੱਥੇ ਰੱਖਣੀਆਂ ਭਈ ਉਹ ਰੇੜੀ ਲੈ ਲਾ ਰੇੜੀ ਆ ਗਈ ਚੱਕ ਦੇ ਜੀ ਆਏ ਯਾਰ ਜਦੋਂ ਯਾਰ ਮਿਸਤਰੀ ਕਹੀ ਜਾਂਦਾ ਰੇੜੀ ਜਿਹੜੇ ਤੂੰ ਧੱਕਾ ਕਰੀ ਜਾਂਦਾ ਮੇਰੇ ਨਾਲ ਲੇਬਰ ਲੱਗੀ ਗੱਲ ਨਾ ਕਰ ਤੇਰੇ ਨਾਲ ਬਾਈ ਆਏ ਹੋਰ ਤੂੰ ਹੀ ਕਰਨਾ ਫਿਰ ਦੇਖਾਂ ਫਿਰ ਤੈਨੂੰ ਹੁਣ ਕਹਾਂਗੇ ਅਸੀਂ ਇੱਕ ਮਿੰਟ ਪਹਿਲੀ ਵਾਰ ਤਾਂ ਦਿਹਾੜੀ ਤੇ ਆਇਆ ਯਾਰ ਇਹ ਵੀ ਔਖੀ ਲੱਗਦਾ ਯਾਰ ਹੈਂ ਕੰਮ ਦੇਖਦੇ ਯਾਰ ਕੀ ਬਣਦਾ ਮਿਸਤਰੀ ਬੈਠਾ ਨਿਆਰੇ ਚ ਲਈ ਜਾਂਦਾ ਕੀ ਕੰਮ ਇਹਨਾਂ ਦੇਖ ਲਈ ਸਿੱਖਦਾ ਮਿਸਤਰੀ ਮਿਸਤਰੀ ਤੈਨੂੰ ਕੰਮ ਦਿਹਾੜੀ ਤਾਂ ਲਾ ਤੂੰ ਚੱਲ ਕੋਈ ਜ਼ਿਆਦਾ ਪੀ ਕੇ ਜਾਈ ਹੁਣ ਜ਼ਿਆਦਾ ਪੀ ਲੈ ਕੰਮ ਕਰਵਾਇਆ ਨੀ ਉਹੀ ਕਰਵਾ ਦੇ ਠੰਡ ਚ ਕੱਪੜੇ ਯਾਰ ਦੇਖ ਲਈਏ ਯਾਰ ਕੋਈ ਕੰਮ ਮਿਲਦਾ ਨਾ ਕੋਈ ਨਾ ਬਾਈ ਮੈਂ ਤੈਨੂੰ ਦੱਸ ਦਿੰਦਾ ਬਸ ਠੀਕ ਆ ਮੈਂ ਦੱਸ ਦੀ ਉਹ ਕਢਾ ਕੇ ਰੱਖਦੇ ਕੱਪੜੇ ਇਹੋ ਜਿਹੇ ਮਿਸਤਰੀ ਪਤਾ ਨੀ ਬਾਇਆ ਦਾ ਚੱਲੀਏ ਯਾਰ ਕੱਪੜੇ ਭੈਣ ਕਿਹੜਾ ਕੱਪੜੇ ਘਰੇ ਪਾ ਲੈਣੇ ਜਾ ਕੇ ਉਹ ਤੁਰ ਪਾ ਪ੍ਰਾਹੁਣਿਆਂ ਤੂੰ ਤਾਂ ਸਾਥ ਦੇ ਦੇ ਹੋਰ ਤਾਂ ਕੋਈ ਦੁਨੀਆਂ ਜਾਣਦੀ ਨਹੀਂ ਹੋਰ ਬਾਈ ਠੀਕ ਆ ਇਹ ਤਾਂ ਆਪਣਾ ਨੁਕਸਾਨ ਹੀ ਕਰ ਗਿਆ ਧੀ ਦੱਸ ਕਿੱਥੋਂ ਕਿੱਥੋਂ ਬੰਦੇ ਭੇਜ ਦਿੰਦੇ ਨੇ ਚੱਲ ਬੜਾ ਖਾਸ ਬੰਦੇ ਨੇ ਭੇਜਿਆ ਚੱਲ ਲਿਆ ਮਸਾਲਾ ਤੂੰ ਚੱਲ ਨਸੀਬ ਸਾਡੇ ਲਿਖੇ ਰੱਬ ਨੇ ਕੱਤੀ ਬਰਸਣਾ ਤੇਰੀ ਭੈਣ ਦੀ ਹੁਣ ਤੇਰੀ ਵੀ ਉਤਰ ਗਈ ਚਾਹੇ ਨਾ ਭੈਣ ਦਾ ਇੱਕ ਤਾਂ ਤੂੰ ਧੋਖਾ ਦੇ ਰਿਹਾ ਉੱਤੋਂ ਉਹਨੇ ਟੇਲਰ ਜੇ ਨੇ ਉਹਨੇ ਦੁਕਾਨਦਾਰ ਜੇ ਨੇ ਕਰਤਾ ਚੱਕੀ ਜੇ ਗਿਆ ਤੀ ਲੱਗਣ ਹੁਣੇ ਕਰਤਾ ਮਿਸਤਰੀ ਲਵੇ ਗਿਆ ਤੀ ਹੁਣੇ ਕਰਤਾ ਹੁਣ ਦੇਖਦਾ ਕੀ ਬਣਦਾ
ਤੈਨੂੰ ਨਾਲ ਅੱਜ ਪਗਵਾ ਕੋਈ ਲਾਉਣਾ ਪਊ। ਮਨ ਬਹੁਤ ਖਰਾਬ ਹੋਇਆ ਪਿਆ, ਐਂ ਜੀ ਕਰਦਾ ਵੀ ਮਾਰ ਮੋੜ ਕਰੀਏ ਕਿਸੇ ਪਾਸੇ ਜਾ ਕੇ। ਚੱਲ ਸਹੀ ਕਿਹਾ, ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਬਿਲਸਣ ਨਾ। ਲਾਏ ਉਹ ਵਿਹਲੇ ਜੇ ਬੈਠੇ ਨੇ ਓਏ, ਮੈਂ ਕਹਿੰਦਾ ਤਾਸ ਦੀ ਝੱਟ ਲਾਉਣਾ, ਦੇਖਦੇ ਯਾਰ ਜੇ ਖੜਾਉਣਗੇ ਤਾਸ। ਵਾਹ ਮੁੰਡੇ ਵਧੀਆ ਲਾ ਰੱਖੀ ਹੈ ਝੱਟ, ਮੈਨੂੰ ਵੀ ਖੜਾ ਲਓ ਵੀਰੇ ਫਿਰ ਸਾਰੇ ਸਰਾਣੇ। ਤੈਨੂੰ ਵਿਹਲਾ ਫਰੀ ਜਾਂਦਾ ਤੂੰ, ਕੰਮ ਨੀ ਕਾਰ ਨੀ ਤੈਨੂੰ ਕੋਈ ਵੀ ਨੀ ਬੋਲਦਾ। ਮੈਨੂੰ ਲੱਗਦਾ ਜਵਾਕਾਂ ਨੂੰ ਲੜਾਈ ਜਾਂਦਾ ਇੱਥੇ ਤੂੰ। ਪੱਤੇ ਦੇਖ ਕੇ ਪੱਤੇ ਦੇ ਚੱਲ ਯਾਰ ਮੈਂ ਗੁੱਸਾ ਨਾ ਕਰ ਵੱਡੇ ਭਾਈ, ਠੀਕ ਆ। ਇੱਕ ਬਾਜੀ ਦੱਸ ਦੂ ਮੈਂ ਦੱਸਦਾ, ਠੀਕ ਆ। ਉਹਦੀ ਗੇਮ ਘੁੰਮ ਜੂ, ਇਹਨਾਂ ਦੀ ਕਿਵੇਂ ਘੁੰਮ ਜੂਗੀ? ਆਹ ਛੱਡਦੇ ਬਸ, ਓਏ ਚੱਲ ਛੱਡਦੇ ਨੀ ਸੁੱਟਣਾ ਓਏ। ਤੂੰ ਘਰੋਂ ਹਮੇਸ਼ਾ ਹੀ ਤੂੰ ਕੱਲ ਵੀ ਯਾਰ ਕੱਲ ਵੀ ਹਰਾ ਗਿਆ ਤੂੰ ਸਾਨੂੰ ਓਏ, ਕੱਲ ਕਿੱਥੇ ਕੱਲ ਵੀ ਹਰਾ ਗਿਆ ਤੂੰ ਹੈ। ਚੱਲ ਠੀਕ ਆ, ਜਾਨਾ ਧੱਕੇ ਜੇ ਮਾਰਦਾ ਮੈਂ, ਦੇਖੀ ਤੇਰਾ ਲਾਉਣਾ ਠਾਣੇ ਚ ਲਵੋਟ ਤੇਰੀ। ਤੂੰ ਖਰਾ ਮਾਰ ਲੈ, ਚੰਗਾ ਜਾਨਾ ਫਿਰ ਜਾਨਾ ਉਹ ਸਾਈਕਲ ਤਾਂ ਲੈ ਜਾ ਖਾਸ ਸਾਈਕਲ ਮੇਰਾ ਤੇਰਾ ਕਿਉਂ ਲੈ ਲੈ ਹੋਰ ਮੈਂ ਲੱਖ ਰੁਪਇਆ ਲਾ ਸਾਈਕਲ ਲਾਇਆ ਨਾਲੇ ਕਿਤੇ ਹੋਰ ਤੂੰ ਪੱਟਾ ਨੌਤਰ ਖਾਣ। ਆ ਚੰਗਾ ਵੀਰੇ ਸਾਈਕਲ ਦਾ ਘਰੇ ਖੜਾ ਆਈ ਯਾਰ, ਕਿਤੇ ਤੈਨੂੰ ਨਾ ਖੜਾਉਣਾ ਪੈ ਜੇ ਮੈਨੂੰ। ਦੁਖਦਾ ਮੱਛੀ ਰਿਹਾ ਕਰ, ਮੱਛੀ ਰਿਹਾ ਕਰ ਸਾਰੇ ਜਿੰਦ। ਇਹਨੇ ਤਾਂ ਮਾਰਤੇ ਧੱਕੇ। ਮੈਂ ਨਾ ਹੁਣ ਐਂ ਸੋਚਦਾ ਯਾਰ ਵੀ ਪਹਿਲਾਂ ਤਾਂ ਪਊਆ ਨਾ ਲਾਲੀਏ ਨਾ ਪਊਆ ਯਾਰ। ਮੈਂ ਕਹਿੰਦਾ ਵੀ ਬਲੈਕ ਦਾ ਕੰਮ ਤੂੰ ਦੇ ਯਾਰ, ਬਲੈਕ ਬਲੂਕ ਦਾਰੂ ਤੇ ਦੋ ਨੰਬਰ ਚ ਕੰਮ ਤਾਂ ਪੈਸਾ ਦਾ ਹੈਗਾ ਯਾਰ। ਚੱਲ ਦੇਖਦੇ ਹਾਂ ਕਰਦੇ ਹਾਂ ਰਾਏ, ਹਨਾ ਚੱਲ ਨਾਲੇ ਠੇਕੇ ਤੇ ਜਾ ਕੇ ਦੇਖਦੇ ਹਾਂ ਕੋਈ ਆੜੀ ਮਿੱਤਰ ਮਿਲ ਗਏ ਅੱਧਾ ਪਊਆ ਲਵਾ ਦੂ, ਜੇਬ ਤੇ ਪੰਜੀ ਤਾਂ ਹੈ ਨੀ, ਬਾਕੀ ਦੇਖਦੇ ਹਾਂ। ਉਹ ਯਾਰ ਸੱਚੋ ਇੱਕ ਮਾਨਸਾ ਵਾਲਾ ਝੋਟਾ ਨੀ ਹੈਗਾ ਯਾਰ, ਉਹ ਵੀ ਬੜੇ ਸੋਧੇ ਲਾਉਂਦਾ ਯਾਰ ਗੋਲੀਆਂ ਕੱਪੜੇ ਵਾਲਿਆਂ ਨੂੰ ਯਾਰ। ਨਾ ਯਾਰ ਬਾਬੇ ਬਲੈਕ ਦਾ ਕੰਮ ਜੀ ਕਰਦੇ, ਨਾ ਬਲੈਕ ਨੀ ਕਰਦੇ, ਬਲੈਕ ਤਾਂ ਜਮੀ ਨੀ। ਜੇ ਰੱਬ ਨੇ ਕਰਮਾ 'ਚ ਲਿਖਿਆ ਹੋਇਆ ਕੁਛ ਉਹ ਕਰ ਲਾਂਗੇ, ਬਲੈਕ ਨਹੀਂ ਕਰਦੇ। ਮਾਨਸਾਲਾ ਝੋਟਾ ਲਫਾਉਂਦਾ ਬਹੁਤਾ, ਥਾਪੜਾ ਉਹਦਾ ਐਂ ਪੈਂਦਾ ਜਿਵੇਂ ਉੱਥੇ ਨਾ ਬਸ। ਚੱਲ ਛੱਡ ਤੁਰਿਆ ਚੱਲ ਮਨਾ ਯਾਰ, ਕੋਈ ਆ ਵੀ ਨਹੀਂ ਰਿਹਾ ਯਾਰ ਯਾਰ ਕੀ ਕਰੀਏ ਯਾਰ। ਕੋਈ ਆ ਉਹਦੇ ਨਾਲ ਸਾਈਕਲ ਵੀ ਨਹੀਂ ਦਿੱਤਾ ਮੂਥੂਈ ਨੇ ਕਾਲੇ ਨੂੰ, ਦੇਖੂ ਹੁਣ ਇਹਦਾ ਕੋਈ ਨਾ। ਮੈਂ ਐਲਫੈਂਟ ਜੇ ਨੂੰ ਮੇਰਾ ਦਿੱਤਾ ਬਲੈਡ, ਉਹਨੇ ਦੇਖੀ ਵਧਾ, ਮੈਂ ਇੱਥੇ ਬੋਲਿਆ ਨਹੀਂ ਯਾਰ, ਇੰਨੇ ਦਸ ਬੰਦਿਆਂ 'ਚ ਬੇਇੱਜ਼ਤੀ ਕਰਿਆ ਉਹਦੇ, ਮੈਂ ਦੇਖੂ ਉਹਨੂੰ ਚੌਧਰੀ ਨੂੰ। ਉਹ ਰੁਕੀ ਭਤੀਜੋ ਰੁਕੀ, ਇੱਥੇ ਕਿ ਜਾਏਗਾ ਸਟੇਸ਼ਨ ਤੇ ਯਾਰ, ਮੈਨੂੰ ਯਾਰ ਅੱਗੇ ਲਾ ਦੇਗਾ ਮੜਾ ਜਿਹਾ। ਹਾਂ ਹਾਂ ਬਾਈ, ਕਿਹਦਾ ਮੁੰਡਾ ਓਏ? ਮਿੰਟੂ ਦਾ। ਅੱਛਾ ਮਿੰਟੂ ਦਾ, ਉਹ ਮਿਸਤਰਾ ਮੇਰੇ ਨਾਲ ਪੜ੍ਹਦਾ ਰਿਹਾ ਸੀ ਉਹ।
ਉਦੋਂ ਬਾਅਦ ਮੈਂ ਸਕੂਲ ਨਹੀਂ ਗਿਆ, ਲਫੈਟ ਬਣਿਆ ਚ ਪੈ ਗਏ। ਤੂੰ ਕਿੱਧਰ ਜਾਣਾ ਜੀ ਹੁਣ, ਤੂੰ ਜਾ ਕਿੱਥੇ ਰਿਹਾ ਹੋਵੇ? ਬਾਹਰਲੀ ਫਾਈਲ ਜੀ ਦਵਾਉਣ ਦਾ ਰਹਿ ਗਿਆ। ਬਾਹਰ ਕੀ ਰੱਖਿਆ ਕੰਦਰ ਜੋ ਯਾਰ, ਉਹ ਏਡਾ ਕੋਰ ਦੰਨੇ ਦਾ ਮੁੰਡਾ ਪਾਨਾ ਸਿੱਧੂ, ਏਡੇ ਕੰਮ ਉਹ ਕਰਾ ਰਿਹਾ, ਲੋਕਾਂ ਦੇ ਪੈਸੇ ਵਾਪਸ ਕਰ ਰਿਹਾ, ਤੁਸੀਂ ਫਸਾਈ ਜਾਂਦੇ ਹੋ ਇਹ ਏਜੰਟਾਂ ਲਵੇ ਪੈਸੇ। ਚੱਲ ਚਾਚਾ ਮੈਂ ਬਾਹਰ ਹੀ ਜਾਂਦਾ ਜੀ। ਹਾਂ ਕੀ ਕਰੇਗਾ ਬਾਹਰ, ਮੱਲਾ ਮੁੜ ਜਾ ਘਰ ਨੂੰ, ਜਾ ਜਾ ਭੱਜ ਜਾ। ਹੋਰ ਕੀ ਹਾਲ ਨੇ ਗਿਆਨੀ ਜੀ? ਵਧੀਆ ਜੀ ਵਧੀਆ। ਕੋਈ ਚਾਹ ਖਵਾ ਦਿਓ ਜੀ ਇੱਕ। ਖਾ ਲਾ ਤੂੰ ਪਹਿਲਾਂ ਵਾਲੇ ਪੈਸੇ? ਕੋਈ ਨੀ ਦੇ ਲਾ ਪਹਿਲਾਂ ਵਾਲੇ ਪੈਸੇ, ਮੈਂ ਕਿਹੜਾ ਪਿੰਡ ਛੱਡ ਕੇ ਜਾਂਦਾ ਜੀ। ਨਾ ਨਾ ਤੁਹਾਡਾ ਕੀ ਪਤਾ ਬੋਲੇ ਕੰਮ ਲੈ ਕਿੱਧਰ ਆਉਣਾ, ਮਹੀਨੇ ਬਾਅਦ ਤੂੰ ਆਇਆ ਉਰੇ? ਮਹੀਨੇ ਬਾਅਦ ਕਾਹਨੂੰ ਆਇਆ, ਮੈਂ ਕੱਲ ਦਾ ਤੇਰੇ ਲਵੇ ਖੜਾ ਜੀ ਚਾਚਾ। ਨਾ ਇਹ ਗੱਲ ਨੀ, ਪਹਿਲਾਂ ਪਹਿਲਾਂ ਵਾਲੇ ਪੈਸੇ ਲਿਆ। ਨਹੀਂ ਤੁਸੀਂ ਖਵਾ ਲਿਆ ਕਰ ਦਿਓ, ਪਹਿਲਾਂ ਪਹਿਲਾਂ ਵਾਲੇ ਪੈਸੇ ਲਿਆ। ਤੁਹਾਡੀ ਮਰਜ਼ੀ ਆ, ਪਹਿਲਾਂ ਵਾਲੇ ਪੈਸੇ ਕਦੋਂ ਦੇਵੇਗਾ? ਪੂਰੀ ਆ ਮੈਂ ਜੀ, ਕਿਹੜਾ ਪਿੰਡ ਜਾਵੇ? ਪਹਿਲਾਂ ਵਾਲੇ ਪਹਿਲਾਂ ਪੈਸੇ ਦੇ ਕੇ ਜਾ। ਕੋਈ ਨੀ ਦੇ ਜਾਂਗੇ ਜੀ, ਦੇ ਦੂ ਮੈਂ। ਇੱਕ ਬਾਈ ਤੋਂ ਖਾਂਦੇ ਆ ਕੁਛ ਜੇ ਖਵਾਊਗਾ ਬਾਈ। ਕੀ ਆ ਇਹ ਆਈਟਮ ਜੀ ਖਵਾਏਗਾ ਯਾਰ? ਬਾਈ ਮੋਮੋਜ ਨੇ ਖਵਾ ਲਏ ਯਾਰ, ਧਾਰ ਕਰ ਲੇਗਾ ਵੀਰੇ? ਨਾ ਨਾ ਬਾਈ ਯਾਰ, ਧਾਰ ਵਾਲੇ ਬਹੁਤ ਨੇ, ਚਲੋ ਚਲੋ ਉਤਰੇ ਉੱਤੇ। ਤੇਰੀ ਮਰਜ਼ੀ ਆ ਯਾਰ, ਕੋਈ ਕੰਜਰ ਦਾ ਯਾਰ ਧਾਰ ਵੀ ਕਰਦਾ ਮੈਂ ਉਰੀ ਦੀ ਆ ਬਾਈ, ਕਰਵਾ ਦੇ ਨਾ ਬਾਈ, ਜਾਣ ਲਈ ਨਹੀਂ ਦਿੰਦੇ ਯਾਰ। ਬਹੁਤ ਠੀਕ ਆ ਬਾਬੇ, ਖੇਡਦੇ ਸੀ ਉਹ ਯਾਰ, ਉਹ ਇੱਕ ਹੈਗਾ ਮੱਚੜ ਜਿਹਾ ਬੰਦਾ ਯਾਰ, ਮੈਂ ਆਖਿਆ ਵੀ ਆਹ ਪੱਤਾ ਸਿੱਟ। ਅੱਛਾ, ਉਹ ਕੰਜਰ ਦੇ ਨੇ ਮੇਰਾ ਗੁਲਾਮਾ ਫੜ ਲਿਆ, ਮੈਂ ਲੰਘਿਆ ਜਾਂਦਾ ਸੀ, ਮੈਂ ਪੁੱਛੂ ਚੱਲ ਹੁਣ ਮਿਲ ਗਿਆ, ਮੈਥੋਂ ਨਿਕਲ ਗਈ ਗਾਲ। ਅੱਛਾ, ਧੱਕੇ ਜੇ ਮਾਰ ਕੇ ਮੈਨੂੰ ਉੱਥੋਂ ਭਜਾ ਤਾ ਉਹਨਾਂ ਨੇ ਸੱਤ ਆਲਿਆਂ ਨੇ। ਅੱਛਾ, ਫਿਰ ਸਵੇਰ ਇੱਧਰ ਆ ਗਿਆ ਮੈਂ, ਤੁਰਿਆ ਤੁਰਿਆ ਮੈਂ, ਚੱਲ ਸਾਈਕਲ ਵੀ ਰੱਖ ਲਿਆ ਨਾਲ ਮੇਰਾ ਹੁਣੇ। ਅੱਛਾ, ਓਏ ਹੋ ਤੁਰ ਕੇ ਆਇਆ ਮੇਰੇ ਯਾਰ, ਉਹ ਚੱਲ ਕੰਮ ਕਾਰ ਕਰ ਲਿਆ, ਕੋਈ ਕੰਮ ਨਾ ਫਿਰ ਬਹਿਣਾ ਹੁਣ ਕੰਮ ਯਾਰ, ਮੈਂ ਸਾਰੇ ਕਰ ਕਰ ਦੇਖ ਲਏ ਕੋਈ ਕੰਮ ਨਹੀਂ ਮਿਲਿਆ ਯਾਰ। ਅੱਛਾ, ਅੱਜ ਦਾ ਕੰਮ ਮਿਸਤਰੀਆਂ ਨਾਲ ਵੀ ਜਾ, ਅੱਛਾ ਚੱਕੀ ਨੇ ਵੀ ਲੱਗ ਕੇ ਦੇਖ ਲਿਆ, ਉਹਨੇ ਵੀ ਹਟਾ ਦਾ ਚੱਕੀ ਵਾਲੇ ਨੇ ਕੰਦਰ ਨੇ। ਫਿਰ ਤੂੰ ਐਂ ਕਰ, ਹਾਂ ਨਾ ਕੰਮ ਆ, ਤੂੰ ਹੀ ਕਰ ਸਕਦਾ ਦੱਸ। ਹਾਂ ਫਿਰ ਚੱਲ।